ਫਿਰ ਜੀ 19-20 ਦੀ ਦਰਮਿਆਨੀ ਰਾਤ ਨੂੰ ਨਾ ਚੋਰੀ ਹੋਈ ਇੱਥੇ ਤਲਵਾੜੇ 'ਤੇ ਇੱਕ ਲਾਗੇ ਪਿੰਡ ਪੈਂਦਾ ਮੋਬਾਈਲਾਂ ਦੀ ਦੁਕਾਨ 'ਤੇ ਜਿਹੜਾ ਸੱਬਲ ਨਾਲ ਦਾ ਤਰੀਕਾ ਵਾਰਦਾ ਤਾਂ ਇਹ ਵੀ ਸੱਬਲ ਨਾਲ ਪੁੱਟ ਕੇ ਨਾ ਉਹਦਾ ਜਿਹੜਾ ਗੇਟ ਹੁੰਦਾ ਜਾਂ ਸ਼ਟਰ ਵਗੈਰਾ ਪੁੱਟ ਕੇ ਅਤੇ ਉਹਦੇ ਅੰਦਰ ਚੋਰੀ ਕਰ ਲੈਂਦੇ ਇਹ ਕੈਮਰੇ ਦੇ ਵਿੱਚ ਆਏ ਸੀ ਵੀ ਇਹ 5 ਜਣੇ ਆ ਅਤੇ 1 ਜਣਾ 2 ਜਣੇ ਐਕਟਿਵਾ 'ਤੇ ਬਹਿੰਦੇ ਨੇ ਅਤੇ 3 ਜਣੇ ਮੋਟਰਸਾਈਕਲ 'ਤੇ ਅਤੇ ਉਹਦੇ ਵਿੱਚ ਜਦੋਂ ਚੋਰੀ ਕਰਕੇ ਲੈ ਜਾਂਦੇ ਜੀ ਇਹਨਾਂ 2 ਮੋਬਾਈਲਾਂ ਇੱਕੋ ਰਾਤ ਭੰਨੀਆਂ ਜੀ ਸਰ ਇਹ ਦੋਸ਼ੀ ਕਿੱਥੇ ਦੇ ਸੀਗੇ ਅਤੇ ਕੀ ਕੰਮ ਕਰਦੇ ਸੀਗੇ ਜਾਂ ਲੋਕਲ ਸੀਗੇ ਜਾਂ ਬਾਹਰ ਦੇ ਸੀ ਨਹੀਂ ਬਾਹਰ ਦੇ ਆ ਸਾਰੇ ਜੀ ਮਕੇਰੀਆਂ ਥਾਣੇ ਦੇ ਆ ਅਤੇ ਕੋਈ ਗੜਦੀ ਵਾਲ ਦੇ ਨੇ ਇੱਕ 4 ਜਣੇ ਅਸੀਂ ਫੜੇ ਆ ਚਾਰਾਂ ਕੋਲੋਂ 10 ਮੋਬਾਈਲ ਬਰਾਮਦ ਹੋਏ ਆ ਜੀ ਅਤੇ 2 ਸਮਰਾਟ ਘੜੀਆਂ ਬਰਾਮਦ ਹੋਈਆਂ ਚਾਰਜਰ ਹੋਏ ਨੇ 8 ਪਾਵਰ ਬੈਂਕ 4 ਸਮਰਾਟ ਵਾਚ 2 ਏਅਰਪੋਰਟ 2 ਇੱਕ ਸੱਬਲ ਹੋਈ ਆ ਬਰਾਮਦ ਜਿਹਦੇ ਨਾਲ ਇਹ ਪੁੱਟਦੇ ਸੀ ਇੱਕ ਸਕੂਟਰ ਜਿਹੜੀ ਇੱਕ ਐਕਟਿਵਾ ਹੀਰੋ ਹੁੰਦਾ ਜਿਹੜਾ ਉੱਤੇ ਹੋਈ ਇੱਕ ਪਲਸਰ ਮੋਟਰਸਾਈਕਲ ਹੋਇਆ ਸਰ ਕਿੰਨੇ ਬੰਦੇ ਦੀ ਗੈਂਗ ਸੀ 5 ਦੀ ਜੀ ਸਰ ਇਹਨਾਂ ਪਰ ਆਲਰੇਡੀ ਪਹਿਲਾਂ ਕੋਈ ਮੁਕਦਮੇ ਦਰਜੇ ਹਾਂ ਪਹਿਲਾਂ ਦਰਜੇ ਜੀ ਸਰ ਜਿਹੜੇ ਹਾਜੀਪੁਰ ਥਾਣੇ ਦੇ ਅੰਦਰ ਜਿਹੜੀ ਚੋਰੀ ਹੋਈ ਹੈ ਇੱਕ ਪਿੱਛੇ ਬਹੁਤ ਵੱਡੀ ਚੋਰੀ ਹੋਈ ਹੈ 25 ਲੱਖ ਰੁਪਏ ਦੀ ਕੀ ਉਹਦੇ ਵਿੱਚ ਵੀ ਇਨਵੋਲਵ ਹੈ ਉਹ ਪਤਾ ਕਰਦੇ ਆ ਜੋ ਤਬਦੀਸ਼ ਦਾ ਹਿੱਸਾ ਆ ਅੱਜ ਇਹਨਾਂ ਨੂੰ ਪੇਸ਼ ਕਰਕੇ ਤੇ ਰਿਮਾਂਡ ਲੈ ਰਹੇ ਆ ਰਿਮਾਂਡ ਦੇ ਦੌਰਾਨ ਫਿਰ ਪਤਾ ਕਰਾਂਗੇ ਸਰ ਇਹ ਦੋਸ਼ੀਆਂ ਕੋਈ ਹੋਰ ਵੀ ਬਰਾਮਦ ਹੋਇਆ ਜਿੱਦਾਂ ਹਥਿਆਰ ਸੂਰ ਜਾਂ ਕੁਛ ਨਹੀਂ ਸੱਬਲ ਫਿਲਹਾਲ ਤਾਂ ਸੱਬਲ ਹੀ ਹੋਇਆ ਗਾਂਹ ਦੇਖਦੇ ਹਾਂ ਜੀ ਤਬਦੀਸ਼ ਕਰਦੇ ਹਾਂ ਇਹ ਜੀ 19-20 ਦੀ ਦਰਮਿਆਨੀ ਰਾਤ ਨੂੰ ਨਾ ਚੋਰੀ ਹੋਈ ਸੀ ਇੱਥੇ ਤਲਵਾੜੇ 'ਤੇ ਇੱਕ ਲਾਗੇ ਪਿੰਡ ਪੈਂਦਾ ਮੋਬਾਈਲਾਂ ਦੀ ਦੁਕਾਨ 'ਤੇ ਜਿਹੜਾ ਸੱਬਲ ਨਾਲ ਦਾ ਤਰੀਕਾ ਵਾਰਦਾ ਤਾਂ ਇਹ ਵੀ ਸੱਬਲ ਨਾਲ ਪੁੱਟ ਕੇ ਨਾ ਉਹਦਾ ਜਿਹੜਾ ਗੇਟ ਹੁੰਦਾ ਜਾਂ ਸ਼ਟਰ ਵਗੈਰਾ ਪੁੱਟ ਕੇ ਅਤੇ ਉਹਦੇ ਅੰਦਰ ਚੋਰੀ ਕਰ ਲੈਂਦੇ ਇਹ ਕੈਮਰੇ ਦੇ ਵਿੱਚ ਆਏ ਸੀ ਵੀ ਇਹ 5 ਜਣੇ ਆ ਅਤੇ 1 ਜਣਾ 2 ਜਣੇ ਐਕਟਿਵਾ 'ਤੇ ਬਹਿੰਦੇ ਨੇ ਅਤੇ 3 ਜਣੇ ਮੋਟਰਸਾਈਕਲ 'ਤੇ ਅਤੇ ਉਹਦੇ ਵਿੱਚ ਜਦੋਂ ਚੋਰੀ ਕਰਕੇ ਲੈ ਜਾਂਦੇ ਜੀ ਇਹਨਾਂ 2 ਮੋਬਾਈਲਾਂ ਇੱਕੋ ਰਾਤ ਭੰਨੀਆਂ ਜੀ ਸਰ ਇਹ ਦੋਸ਼ੀ ਕਿੱਥੇ ਦੇ ਸੀਗੇ ਅਤੇ ਕੀ ਕੰਮ ਕਰਦੇ ਸੀਗੇ ਜਾਂ ਲੋਕਲ ਸੀਗੇ ਜਾਂ ਬਾਹਰ ਦੇ ਸੀ ਨਹੀਂ ਬਾਹਰ ਦੇ ਆ ਸਾਰੇ ਜੀ ਮਕੇਰੀਆਂ ਥਾਣੇ ਦੇ ਆ ਅਤੇ ਕੋਈ ਗੜਦੀ ਵਾਲ ਦੇ ਨੇ ਇੱਕ 4 ਜਣੇ ਅਸੀਂ ਫੜੇ ਆ ਚਾਰਾਂ ਕੋਲੋਂ 10 ਮੋਬਾਈਲ ਬਰਾਮਦ ਹੋਏ ਆ ਜੀ ਅਤੇ 2 ਸਮਰਾਟ ਘੜੀਆਂ ਬਰਾਮਦ ਹੋਈਆਂ ਚਾਰਜਰ ਹੋਏ ਨੇ 8 ਪਾਵਰ ਬੈਂਕ 4 ਸਮਰਾਟ ਵਾਚ 2 ਏਅਰਪੋਰਟ 2 ਇੱਕ ਸੱਬਲ ਹੋਈ ਆ ਬਰਾਮਦ ਜਿਹਦੇ ਨਾਲ ਇਹ ਪੁੱਟਦੇ ਸੀ ਇੱਕ ਸਕੂਟਰ ਜਿਹੜੀ ਇੱਕ ਐਕਟਿਵਾ ਹੀਰੋ ਹੁੰਦਾ ਜਿਹੜਾ ਉੱਤੇ ਹੋਈ ਇੱਕ ਪਲਸਰ ਮੋਟਰਸਾਈਕਲ ਹੋਇਆ ਸਰ ਕਿੰਨੇ ਬੰਦੇ ਦੀ ਗੈਂਗ ਸੀ 5 ਦੀ ਜੀ ਸਰ ਇਹਨਾਂ ਪਰ ਆਲਰੇਡੀ ਪਹਿਲਾਂ ਕੋਈ ਮੁਕਦਮੇ ਦਰਜੇ ਹਾਂ ਪਹਿਲਾਂ ਦਰਜੇ ਜੀ ਸਰ ਜਿਹੜੇ ਹਾਜੀਪੁਰ ਥਾਣੇ ਦੇ ਅੰਦਰ ਜਿਹੜੀ ਚੋਰੀ ਹੋਈ ਹੈ ਇੱਕ ਪਿੱਛੇ ਬਹੁਤ ਵੱਡੀ ਚੋਰੀ ਹੋਈ ਹੈ 25 ਲੱਖ ਰੁਪਏ ਦੀ ਕੀ ਉਹਦੇ ਵਿੱਚ ਵੀ ਇਨਵੋਲਵ ਹੈ ਉਹ ਪਤਾ ਕਰਦੇ ਆ ਜੋ ਤਬਦੀਸ਼ ਦਾ ਹਿੱਸਾ ਆ ਅੱਜ ਇਹਨਾਂ ਨੂੰ ਪੇਸ਼ ਕਰਕੇ ਅਤੇ ਰਿਮਾਂਡ ਲੈ ਰਹੇ ਆ ਰਿਮਾਂਡ ਦੇ ਦੌਰਾਨ ਫਿਰ ਪਤਾ ਕਰਾਂਗੇ ਸਰ ਇਹ ਦੋਸ਼ੀਆਂ ਕੋਈ ਹੋਰ ਵੀ ਬਰਾਮਦ ਹੋਇਆ ਜਿੱਦਾਂ ਹਥਿਆਰ ਸੂਰ ਜਾਂ ਕੁਛ ਨਹੀਂ ਸੱਬਲ ਫਿਲਹਾਲ ਤਾਂ ਸੱਬਲ ਹੀ ਹੋਇਆ ਗਾਂਹ ਦੇਖਦੇ ਹਾਂ ਜੀ ਤਬਦੀਸ਼ ਕਰਦੇ ਹਾਂ